वाहेगुरु जी का खालसा वाहेगुरु जी की फतेह। गुरु प्यारो जिवें कि आपां नूं पता ही है कि बड़े लंबे समय तो जिहड़ा अंदोलन शुरू होया वा जिहड़े केंद्र ने किसान ते मजदूर तबके नूं तबाह करन वास्ते जिहड़े बिल पास कीते सी उहनां बिलां नूं रद्द करन वास्ते ते अपने हक्कां दी इह जिहड़ी लड़ाई लड़ी जा रही आ ते बड़े संजम दे नाल बड़े शांति दे नाल तुसीं वेखो रोड ते बैठ के सड़कां ते बैठ के मतलब किस दा नुकसान ना करन दी इच्छा दे नाल तुसीं वेखो भी लंबा टाइम हो गया जंग लड़दियां नूं ते जिहड़े 26 ते 27 दो तरीकां दित्तियां सी कि दिल्ली पहुंचो ते आपां उत्थे पहुंच के जिहड़ी अपनी मंग जिहड़ी आ केंद्र सरकार दे सामने रखणी आ ते तां कि इह सुत्तियां होईयां सरकारां जिहड़ियां गूंगियां ते बहरियां सरकारां वा इन्हां नूं जिहड़ा जगाया जा सके ते तुसीं वेखो किन्ना भरवां हंगारा मिलिया मतलब पंजाब दे कोने कोने चों किसान जिहड़े आ उह इत्थे पहुंचे होए आ ते इधर जे आपां दूजे पासे देखीए वी हरियाणे च वी जे आम कहा जांदा वी हरियाणे दी सरकार ने विरोध कईआं ने पोस्टां वी पाईआं इह दसणा चाहुंदे आ वी सरकार विरोध च हो सकदी आ पर जिहड़े हरियाणे दे जिहड़े साडे अपने भरा वा इह वी कहा जांदा वी हरियाणा छोटा भरा वा पंजाब दा ते अज इह इह वी वेख्या गया कि जदों वड्डा भरा छोटे भरा नूं मिलण आ रहा सी ते बहुत बैरियर लगे पर बैरियर तोड़ दित्ते गए उहनां बैरियर दी कोई परवाह नहीं कीती गई जिहड़े वड्डे वड्डे कंटेनर पत्थर जिहड़े उहनां ने मशीनां नाल रखे सी नौजवानां दे जोश अगे ਉਹ ਕੰਟੇਨਰ ਤੇ ਉਹ ਪੱਥਰ ਵੀ ਜਿਹੜੇ ਸੀ ਉਹ ਚੁੱਕ ਚੁੱਕ ਕੇ ਉਹਨਾਂ ਨੇ ਪਰਾਂ ਮਾਰੇ ਰੋਡ ਸਾਫ ਕੀਤੇ ਤੇ ਮਤਲਬ ਪ੍ਰਸ਼ਾਸਨ ਵੀ ਹੈਰਾਨ ਸੀ ਵੀ ਇਹ ਜੋਸ਼ ਕਿੱਥੋਂ ਆਇਆ ਇਹਨਾਂ ਨੌਜਵਾਨਾਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਅਕਸਰ ਇਹੋ ਬਦਨਾਮ ਕੀਤਾ ਜਾਂਦਾ ਵੀ ਸਿਰਫ ਪੰਜਾਬ ਚ ਨਸ਼ੇੜੀ ਰਹਿ ਗਏ ਆ ਪੰਜਾਬ ਬਰਬਾਦ ਹੋ ਗਿਆ ਨਹੀਂ ਨੌਜਵਾਨਾਂ ਦੱਸਦਾ ਕਿ ਅਜੇ ਵੀ ਸਾਡੀਆਂ ਰਗਾਂ ਚ ਕਲਗੀਧਰ ਪਾਤਸ਼ਾਹ ਜੀ ਦਾ ਖੂਨ ਵਾ ਜਦੋਂ ਵੀ ਕੋਈ ਵਿਚਾਰ ਆਰੰਭ ਕਰਦਾ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਉਸ ਵਿਚਾਰਧਾਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸ ਵਿਚਾਰਧਾਰਾ ਦਾ ਜਿਹੜਾ ਨਾਂ ਲੈ ਕੇ ਉਸ ਆਪਣੀ ਗੱਲ ਨੂੰ ਜਿਹੜਾ ਵਾ ਸਮਾਜ ਦੇ ਸਾਹਮਣੇ ਸਿੱਖ ਭਰਾਵਾਂ ਦੇ ਸਾਹਮਣੇ ਰੱਖ ਰਿਹਾ ਵਾ ਤੂੰ ਜਿਹੜੀ ਬੇਨਤੀ ਹੱਥ ਜੋੜ ਕੇ ਵੀ ਜਿਹਨੇ ਸਾਡੇ ਭਰਾ ਜਿਹੜੇ ਨੌਜਵਾਨ ਵੀਰ ਅਜੇ ਘਰਾਂ ਚ ਬੈਠੇ ਆ ਕੋਸ਼ਿਸ਼ ਕਰੋ ਵੀ ਹਰ ਪਰਿਵਾਰ ਚੋਂ ਇੱਕ ਜੀ ਜੇ ਆਪਾਂ ਜ਼ਿਆਦਾ ਨਹੀਂ ਤੇ ਇੱਕ ਜੀ ਜਿਹੜਾ ਵਾ ਭਾਵੇਂ ਆਪਾਂ ਵਾਰੀ ਬੰਨ ਲਈਏ ਕਿਉਂਕਿ ਇਹ ਪਤਾ ਨਹੀਂ ਕਿੰਨਾ ਲੰਬਾ ਟਾਈਮ ਅਜੇ ਚੱਲਣਾ ਵਾ ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਜ਼ਰੂਰਤ ਵਾ ਕਿਉਂਕਿ ਇਹ ਜੰਗ ਇਕੱਲੀ ਕਿਸਾਨ ਤੇ ਮਜ਼ਦੂਰਾਂ ਦੀ ਨਹੀਂ ਸਾਡੀ ਸਾਂਝੀ ਜੰਗ ਵਾ ਕਿਉਂਕਿ ਜਦੋਂ ਹਰੀ ਕ੍ਰਾਂਤੀ ਦੀ ਆਪਾਂ ਜੇ ਗੱਲ ਕਰਦੇ ਹਾਂ ਜਦੋਂ ਦੇਸ਼ ਆਜ਼ਾਦ ਹੁੰਦਾ ਵਾ 47 ਦੇ ਵਿੱਚ ਤੇ ਇਹ 1960-65 ਦੇ ਦਰਮਿਆਨ ਜਿਹੜੀ ਇਹ ਹਰੀ ਕ੍ਰਾਂਤੀ ਲੈ ਕੇ ਆਏ ਆ ਭਾਵੇਂ ਉਹ ਲਾਲਚ ਵਸ ਲੈ ਕੇ ਆ ਵੀ ਜਦੋਂ ਇਹ ਭਾਰਤ ਦੇ ਲੋਕ ਇੱਥੇ ਭੁੱਖੇ ਮਰਦੇ ਸੀ ਵੀ ਇੱਥੇ ਇਹਨਾਂ ਨੂੰ ਵਧੀਆ ਜਿਹੜੀਆਂ ਫਸਲਾਂ ਉਗਾਉਣ ਜ਼ਿਆਦਾ ਅਨਾਜ ਹੋਵੇ ਤਾਂ ਉਹਦੇ ਲਾਲਚ ਵਿੱਚ ਭਾਵੇਂ ਆਪਾਂ ਵੇਖੋ ਫਸਲਾਂ ਜ਼ਿਆਦੀਆਂ ਹੋਈਆਂ ਤੇ ਜ਼ਿਆਦਾ ਜਿਹੜਾ ਵਾ ਮੁਨਾਫਾ ਹੋਇਆ ਪਰ ਨਾਲ ਨਾਲ ਕਿਤੇ ਨਾ ਕਿਤੇ ਸਾਡੀਆਂ ਜ਼ਮੀਨਾਂ ਨੂੰ ਨਸ਼ੇੜੀ ਵੀ ਬਣਾਇਆ ਗਿਆ ਵਾ ਜਦੋਂ ਹੱਦੋਂ ਵੱਧ ਫਸਲਾਂ ਹੋਣ ਲੱਗ ਪਈਆਂ ਤੇ ਅੱਜ ਫਸਲਾਂ ਨੂੰ ਚੁੱਕਣ ਤੋਂ ਇਹ ਕੰਨੀ ਕਤਰਾ ਰਹੇ ਆ ਤੇ ਕਿਤੇ ਨਾ ਕਿਤੇ ਪਹਿਲਾਂ ਸਾਡੀਆਂ ਜ਼ਮੀਨਾਂ ਨੂੰ ਨਸ਼ੇੜੀ ਬਣਾਇਆ ਫਿਰ ਸਾਡੀਆਂ ਨੌਜਵਾਨੀ ਨੂੰ ਨਸ਼ੇੜੀ ਬਣਾ ਰਿਹਾ ਹੁਣ ਜਾਗਣ ਦੀ ਸਾਨੂੰ ਜ਼ਰੂਰਤ ਵਾ ਵੀ ਕਿੱਦਾਂ ਸਰਕਾਰਾਂ ਧੱਕੇ ਕਰਦੀਆਂ ਵਾ ਕਿਉਂਕਿ ਇਸ ਮੂਵਮੈਂਟ 'ਚ ਇੱਕ ਚੀਜ਼ ਵੇਖਣ ਵਾਸਤੇ ਆਮ ਵੇਖੀ ਆ ਕਿ ਜਿਨ੍ਹਾਂ ਨੂੰ ਨਹੀਂ ਸੀ ਇਹਨਾਂ ਮੁੱਦਿਆਂ ਦਾ ਪਤਾ ਜਿਨ੍ਹਾਂ ਨੂੰ ਇਸ ਵਿਚਾਰਧਾਰਾ ਦਾ ਨਹੀਂ ਸੀ ਪਤਾ ਵੀ ਕਿਹੜੇ ਕਿਹੜੇ ਧੱਕੇ ਸਾਡੇ ਨਾਲ ਹੋਏ ਆ ਉਹਨਾਂ ਨੇ ਵੀ ਇਸ ਦੇ ਬਾਰੇ ਸਟੱਡੀ ਕਰਨੀ ਸ਼ੁਰੂ ਕੀਤੀ ਆ ਵੀ ਕਿੱਦਾਂ ਸਾਡੇ ਨਾਲ ਜਿਹੜਾ ਵਾ ਸ਼ੁਰੂ ਤੋਂ ਧੱਕਾ ਹੁੰਦਾ ਆਇਆ ਭਾਵੇਂ ਉਹ ਪਾਣੀਆਂ ਦੀ ਗੱਲ ਕਰੀਏ ਕਿ ਜੇ ਬਾਕੀ ਸਟੇਟਾਂ ਦਾ ਜੇ ਆਪਾਂ ਰਾਜਸਥਾਨ ਦੀ ਗੱਲ ਕਰਦੇ ਹਾਂ ਵੀ ਸਾਡਾ ਪਾਣੀ ਰਾਜਸਥਾਨ ਸਟੇਟ ਨੂੰ ਜਾ ਰਿਹਾ ਕਦੀ ਮਾਲੀਆ ਭਰਦੇ ਸੀ ਉੱਥੋਂ ਦੇ ਰਾਜੇ ਪੰਜਾਬ ਨੂੰ ਪਰ ਅੱਜ ਤੁਸੀਂ ਵੇਖੋ ਵੀ ਜੇ ਉਹਨਾਂ ਦਾ ਮਤਲਬ ਮਾਰਬਲ ਅਸੀਂ ਮੁੱਲ ਲੈ ਰਹੇ ਹਾਂ ਜੇ ਬਿਹਾਰ ਦਾ ਕੋਲਾ ਮੁੱਲ ਆ ਰਿਹਾ ਵਾ ਤੇ ਸਭ ਤੋਂ ਮੇਨ ਸਾਨੂੰ ਗੱਲ ਵੇਖਣ ਦੀ ਲੋੜ ਹੈ ਵੀ ਸਾਡਾ ਪਾਣੀ ਫ੍ਰੀ ਕਿਉਂ ਜਾ ਰਿਹਾ ਕਿਉਂਕਿ ਇਹ ਲੀਡਰਾਂ ਨੇ ਮੁੱਦੇ ਰੱਖਣੇ ਸੀ ਪਰ ਇਹ ਮੁੱਦੇ ਉਹਨਾਂ ਨੇ ਰੱਖੇ ਨਹੀਂ ਕਿਉਂਕਿ ਆਪਣੀ ਸਪੁਰਸੀ ਆਪਣਾ ਸਵਾਰਥ ਉਹਨਾਂ ਨੇ ਸਾਹਮਣੇ ਰੱਖ ਲਿਆ ਤੋ ਨੌਜਵਾਨ ਭਰਾਵੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਸਾਡੇ ਵੀਰ ਭਰਾ ਅਜੇ ਆਪਣੇ ਘਰਾਂ ਵਿੱਚ ਬੈਠੇ ਆ ਕੋਸ਼ਿਸ਼ ਕਰੋ ਵਾਰੀ ਬੰਨ ਲਓ ਵੈਸੇ ਤਾਂ ਕਿਸਾਨ ਜਥੇਬੰਦੀਆਂ ਨੇ ਇਹੋ ਜਿਹੀ ਪਲੈਨਿੰਗ ਬਣਾਈ ਹੋਈ ਆ ਵੀ ਇਲਾਕੇ ਵਿੱਚੋਂ ਜਿਹੜੇ ਜਿੰਨੇ ਵੀ ਆ ਉਹਨਾਂ ਨੇ ਵੰਡ ਕੀਤੀ ਹੋਈ ਆ ਪਰ ਆਪਾਂ ਵੀ ਕੋਸ਼ਿਸ਼ ਕਰੀਏ ਬੜੇ ਸੰਜਮ ਨਾਲ ਬੜੇ ਸਹਿਜ ਨਾਲ ਕੋਈ ਆਪਾਂ ਜਜ਼ਬਾਤੀ ਹੋ ਕੇ ਕੋਈ ਬਿਆਨ ਨਹੀਂ ਦੇਣਾ ਜਿਹੜੇ ਅੱਗੇ ਲੱਗੇ ਕਿਉਂਕਿ ਜਿੰਨੇ ਵੀ ਅਸੀਂ ਆਪਾਂ ਸਾਰੇ ਆਏ ਹਾਂ ਆਪਾਂ ਇਹ ਪ੍ਰੋਗਰਾਮ ਲੈ ਕੇ ਆਏ ਵੀ ਜੋ ਉਹਨਾਂ ਬਿਆਨ ਦੇਣਾ ਜੋ ਕਿਉਂਕਿ ਉਹ ਅੱਗੇ ਲੱਗੇ ਹੋਏ ਆ ਉਹਨਾਂ ਨੇ ਅੱਗੇ ਪਲੈਨਿੰਗ ਕਰਨੀ ਆ ਆਪਾਂ ਸਿਰਫ ਆਪਣਾ ਉਹਨਾਂ ਵੀਰਾਂ ਦਾ ਸਾਥ ਦੇ ਰਹੇ ਹਾਂ ਕਿਉਂਕਿ ਸਾਡਾ ਸਾਂਝਾ ਮੁੱਦਾ ਵਾ ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਇਹ ਵਿਸ਼ਵਾਸ ਇਹ ਭਰੋਸਾ ਇਹ ਬਾਣੀ ਦੀ ਵਿਚਾਰ ਜਿਹੜੀ ਆ ਦਿੱਤੀ ਹੋਈ ਆ ਕਿ ਅਸੀਂ ਬਾਣੀ ਦੀ ਵਿਚਾਰ ਨਾਲ ਦ੍ਰਿੜਤਾ ਦੇ ਨਾਲ ਇਸ ਮੂਵਮੈਂਟ ਵਿੱਚ ਸ਼ਾਮਲ ਹੋਣ ਦਾ ਆਪਾਂ ਯਤਨ ਕਰਨਾ ਕਿਉਂਕਿ ਜਦੋਂ ਹੱਕਾਂ ਦੀ ਗੱਲ ਕੀਤੀ ਜਾਂਦੀ ਆ ਹੱਕਾਂ ਦੇ ਪ੍ਰਤੀ ਲੜਨ ਵਾਸਤੇ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਵੇਖਦੇ ਹਾਂ ਕਿ ਪੰਜਾਬ ਤੋਂ ਜਦੋਂ ਸਾਡੇ ਨੌਜਵਾਨ ਭਰਾ ਸਾਰੇ ਇੱਥੇ ਪਹੁੰਚੇ ਆ ਕਿਸਾਨ ਭਰਾ ਸਾਡੇ ਪਹੁੰਚੇ ਆ
इस वक्त कल भी सारी दिहाड़ी कुंडलिया बार्डर के उत्ते जिहड़ा हरियाणे ते दिल्ली का बार्डर है उहदे ते सारी दिहाड़ी जाम रहा। अज भी उत्थे ही बैठण का प्रोग्राम जथेबंदियां वल्लों होया भी उत्थे ही जाम करना, जिहड़ा दिल्ली नूं दुध पनीर जिहड़ियां सब्जियां फरूट बाहरों दूजियां स्टेटां चों इत्थे पहुंचदा वा, क्योंकि दिल्ली का अपना तो कुछ नहीं, सारा कुछ पासों आ रहा। बंद कर दिओ तां कि इहनां दे नासी धूं आ जाए। ये जाके उन्हां नूं पुछण भी ये किसानां नाल इहनां धक्का क्यों हो रहा। कल असीं वेख रहे सी कि जदों असीं उत्थे जदों महसूस कीता भी जिन्या थावां नाल भी साडी गलबात होई आ भी उह महसूस करदे आ भी किसानां नाल जिहड़ा धक्का हो रहा भी इहदे ते हिंदू वीर भी कल एक वेख रहा सी। हिंदू वीर जिहदी अपनी जराबां दी फैक्ट्री उह भी अपनी गड्डी च फरूट लै के आया, मतलब उहदे उहदे जिहड़े बयान सी उह जज्बाती सी। तुसीं वेखो कह रहा सी कि मेरा जिहड़ा पिता वा ਉਹ ਕਿਸਾਨ, ਮੇਰਾ ਜਿਹੜਾ ਸਹੁਰਾ ਵਾ ਉਹ ਕਿਸਾਨ ਵਾ, ਜਿਹੜਾ ਮੇਰਾ ਸਾਲਾ ਵਾ ਉਹ ਪੁਲਿਸ ਦੇ ਵਿੱਚ ਆ। ਮਤਲਬ ਉਹ ਇਹ ਤੋਂ ਪਤਾ ਲੱਗ ਰਿਹਾ ਵੀ ਉਹਨਾਂ ਅੰਦਰ ਦਰਦ ਵਾ। ਕਹਿੰਦਾ ਵੀ ਭਾਵੇਂ ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਪਰ ਮੇਰੇ ਵੀ ਕਿਤੇ ਨੇ ਖਾਨਦਾਨ ਦੇ ਵਿੱਚ ਕੋਈ ਕਿਸਾਨੀ ਕਿਤੇ ਨਾ ਜਿਹੜਾ ਵਾ ਉਹ ਸੰਬੰਧ ਰੱਖਦਾ ਵਾ। ਕਿਸਾਨੀ ਹੀ ਆ ਜਿਹੜੀ ਸਾਨੂੰ ਜਿਉਂਦਾ ਰੱਖ ਰਹੀ ਆ, ਜਿਹਨਾਂ ਦੇ ਕਰਕੇ ਅਸੀਂ ਆਪਣੇ ਘਰਾਂ 'ਚ ਵਧੀਆ ਪਕਵਾਨ ਖਾਂਦੇ ਹਾਂ। ਮਤਲਬ ਜੇ ਇੱਕ ਆਮ ਵਰਗ ਦੇ ਅੰਦਰ ਵੀ ਇਹ ਗੱਲ ਜਿਹੜੀ ਆ ਫੈਲ ਰਹੀ ਆ ਤਾਂ ਲੀਡਰਾਂ ਨੂੰ ਵੀ ਮਤਲਬ ਸੋਚਣਾ ਚਾਹੀਦਾ ਵੀ ਇਹ ਜਿਹੜੇ ਤੁਸੀਂ ਧੱਕੇ ਕਰ ਰਹੇ ਆ ਇਹ ਜ਼ਿਆਦਾ ਦੇਰ ਜਿਹੜੀ ਆ ਇਹ ਤੁਹਾਡੇ ਧੱਕੇ ਚੱਲਣੇ ਨਹੀਂ ਹੈਗੇ। ਤੁਸੀਂ ਦੇਖਿਆ ਕੱਲ ਤੋਂ ਆਪਾਂ ਵੇਖ ਰਹੇ ਹਾਂ ਕਿੱਦਾਂ ਸਾਡੇ ਬਜ਼ੁਰਗਾਂ ਨੇ ਉਹ ਪੁਰਾਣਾ ਵਿਰਸਾ ਸਾਂਭਿਆ ਵੀ ਆਪਣੀਆਂ ਟਰਾਲੀਆਂ 'ਚ ਬੈਠ ਕੇ ਇਹ ਕੰਬਲਾਂ ਦੇ ਵਿੱਚ ਉਹ ਨਾਲ ਗੁਰਬਾਣੀ ਦਾ ਪਾਠ ਕਰ ਰਹੇ ਆ, ਕੋਈ ਟਰੈਕਟਰ ਦੇ ਸਟੇਅਰਿੰਗ ਦੇ ਉੱਤੇ ਸਿਰ ਰੱਖ ਕੇ 10 ਮਿੰਟ ਆਪਣੀ ਜਿਹੜੀ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਹਰ ਚੀਜ਼ ਨੂੰ ਹਰ ਮੁਸੀਬਤ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਜਦੋਂ ਅਸੀਂ ਕੱਲ੍ਹ ਲੁਧਿਆਣੇ ਆਪਣਾ ਪੰਜਾਬ ਤੋਂ ਚੱਲ ਕੇ ਜਦੋਂ ਆਪਾਂ ਦਿੱਲੀ ਵੱਲ ਨੂੰ ਵਧਿਆ ਰਸਤੇ ਦੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਘਟਨਾ ਦੱਸਦਾ ਵੀ ਜਦੋਂ ਪਾਣੀ ਪਾਤ ਤੋਂ ਅੱਗੇ ਅਥਰੂ ਗੈਸ ਦੇ ਗੋਲੇ ਇਹਨਾਂ ਨੇ ਸੱਟੇ ਅਤੇ ਜਦੋਂ ਸਾਡੀਆਂ ਮਾਵਾਂ ਵੀ ਉਸੇ ਬੱਸ ਵਿੱਚ ਜਦੋਂ ਅਸੀਂ ਬੱਸ ਵਿੱਚ ਸਵਾਰ ਸੀ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀਆਂ ਅੱਖਾਂ ਦੇ ਉੱਤੇ ਕੋਈ ਚੁੰਨੀ ਰੱਖ ਲਓ ਵੀ ਇਹ ਅੱਗਿਓਂ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਧੂੰਆਂ ਅੱਖਾਂ ਵਿੱਚ ਨਾ ਪਵੇ। ਅਤੇ ਮਾਈਆਂ ਦਾ ਜਿਹੜਾ ਬੋਲ ਸੀ ਨਾ ਉਹ ਬੜੇ ਜਜ਼ਬਾਤੀ ਅਤੇ ਬੜੇ ਚੜ੍ਹਦੀ ਕਲਾ ਵਾਲੇ ਸੀ। ਉਹ ਕਹਿੰਦੀ ਪੁੱਤ ਇਹਦੇ ਨਾਲੋਂ ਧੂੰਆਂ ਤੇ ਸਾਡੀਆਂ ਪਾਥੀਆਂ ਜਦੋਂ ਗੋਹੇ ਬਾਲਦੀਆਂ ਉਹ ਜ਼ਿਆਦਾ ਹੋ ਜਾਂਦਾ। ਮਤਲਬ ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ ਵਾਲੇ ਬੋਲ ਜਿਹੜੇ ਆ, ਉਹਨਾਂ ਮਾਵਾਂ ਨੇ ਸਾਨੂੰ ਦੱਸਿਆ ਵੀ ਇਹ ਪ੍ਰਵਾਹ ਕਰਨ ਦੀ ਲੋੜ ਨਹੀਂ ਆ। ਤੋ ਇਸ ਅੰਦੋਲਨ ਵਿੱਚ ਬੀਬੀਆਂ ਵੀ ਸ਼ਾਮਿਲ ਹੋਈਆਂ, ਬੱਚੇ ਵੀ ਸ਼ਾਮਿਲ ਹੋਇਆ, ਬਜ਼ੁਰਗ ਵੀ ਸ਼ਾਮਿਲ ਹੋਇਆ ਅਤੇ ਬਹੁਤਾਤ ਗਿਣਤੀ ਵਿੱਚ ਨੌਜਵਾਨ ਵੀ ਸ਼ਾਮਿਲ ਹੋਏ ਆ। ਅਤੇ ਦੂਜੀ ਜਾਣਕਾਰੀ ਤੁਹਾਨੂੰ ਦੇ ਦਈਏ, ਗੁਰਮਤਿ ਗਿਆਨ ਮਿਸ਼ਨ ਕਾਲਜ ਵੱਲੋਂ ਦਵਾਈਆਂ ਦਾ ਵੀ ਲੰਗਰ ਜਿਹੜਾ ਵਾ ਉਹ ਇੱਥੇ ਲੱਗ ਰਿਹਾ ਅੱਜ, ਕਿਉਂਕਿ ਪੰਜਾਬ ਤੋਂ ਕਾਲਜ ਤੋਂ ਸਵੇਰ ਤੋਂ ਹੀ ਗੱਡੀਆਂ ਜਿਹੜੀਆਂ ਵਾ ਉਹ ਚੱਲ ਪਈਆਂ ਵਾ। ਤੋ ਹੱਥ ਜੋੜ ਕੇ ਬੇਨਤੀ ਆ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਗੱਲ ਵਾ ਉਹ ਆਪਣੇ ਜਿਹੜੀ ਆ ਸਮਾਜ ਦੇ ਸਾਹਮਣੇ ਰੱਖਣ ਦੀ ਜ਼ਰੂਰਤ ਆ, ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਜਿਹੜਾ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਵੀ ਫੇਡਾ ਜੈਸਾ ਟਟੂਆ ਉਹ ਜਲੂੜੂ ਸਾ ਕਾਠੀ ਪਾਏ, ਰਸੜੂ ਲਗਾਮ ਅਤੇ ਰਸੜੂ ਰਕਾਬ ਜੀ, ਕਹਿੰਦੇ ਪਾਟਿਆ ਸਾ ਕਛੜੂ ਅਤੇ ਨਿਜੜੀ ਸਾ ਚਾਦਰੂ ਸਾ, ਕਹਿੰਦੇ ਗੱਠ ਸੱਠ ਗਾਤਰਾ ਬਣਾਇਆ ਤਾਜੂ, ਡੁਚੂ ਜਾ ਸਾ ਪਗੜੂ ਬਣਾਇਆ ਸਿਰ ਤਾਜੂ, ਕਹਿੰਦੇ ਟੁੱਟਾ ਜੈਸਾ ਤੇਗੜੂ ਅਤੇ ਨੀਲੜੂ ਮਿਆਨ ਜਾ ਕੇ, ਕਹਿੰਦੇ ਗੱਠ ਸੱਠ ਗਾਤਰਾ ਬਣਾਇਆ ਸਭ ਸਾਜੂ, ਨਾਮ ਕੇ ਅਕਾਲੜੂ ਸੋ ਫਿਰੇ ਬੁਰੇ ਹਾਲੜੂ ਸੋ, ਲੂਟ ਕੂਟ ਖਾਵਣੇ ਕੋ ਡਾਢੇ ਸਰਤਾਜੂ। ਮਤਲਬ ਇਹ ਇਹ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹ ਤੋਂ ਪਤਾ ਲੱਗਦਾ ਵੀ ਕੱਲ੍ਹ ਵੇਖਿਆ ਕਿ ਸਾਡੇ ਬਜ਼ੁਰਗ ਜਿਹੜੇ ਆ ਠੰਡਿਆਂ ਪਾਣੀਆਂ ਨਾਲ ਇਸ਼ਨਾਨ ਕਰ ਰਹੇ ਆ, ਅਤੇ ਜਿਨ੍ਹਾਂ ਨੂੰ ਤੁਸੀਂ ਪਾਣੀ ਦੀਆਂ ਜਿਹੜੀਆਂ ਵਾ ਉਹ ਵਾਸ਼ਨਾ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕਰਦੇ ਹੋ, ਸਵੇਰੇ ਉੱਠ ਕੇ ਠੰਡਿਆਂ ਪਾਣੀ ਨਾਲ ਇਸ਼ਨਾਨ ਕਰਨ ਦੇ ਆਦੀ ਆ, ਤੋ ਇਸ ਲਹਿਰ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਬਹੁਤ ਜੋਸ਼ ਵੇਖਣ ਨੂੰ ਮਿਲ ਰਿਹਾ ਅਤੇ ਹੱਥ ਜੋੜ ਕੇ ਅਖੀਰ 'ਤੇ ਤੁਹਾਡੇ ਅੱਗੇ ਇਹੋ ਬੇਨਤੀ, ਨੌਜਵਾਨ ਭਰਾਓ ਜਿੱਥੇ ਵੀ ਤੁਸੀਂ ਬੈਠੇ ਹੋ ਬਹੁਤ ਸਾਥ ਤੁਸੀਂ ਦੇ ਰਹੇ ਹੋ, ਅੱਗੇ ਵੀ ਆਪਾਂ ਹਰ ਘਰ 'ਚੋਂ ਇੱਕ ਇੱਕ ਮੈਂਬਰ ਕੋਸ਼ਿਸ਼ ਕਰੋ ਭਾਵੇਂ ਆਪਾਂ ਵਾਰੀ ਬੰਨ ਲਈਏ ਇਸ ਅੰਦੋਲਨ ਦਾ ਹਿੱਸਾ ਬਣੀਏ ਤਾਂ ਕਿ ਆਪਾਂ ਇਸ ਜੰਗ ਨੂੰ ਬੜੇ ਸੰਜਮ ਦੇ ਨਾਲ ਬੜੇ ਜਾਬਤ 'ਚ ਰਹਿ ਕੇ ਜਿੱਤਣ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।